ਸ੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪਤੀ ਨੇ ਲਵ ਮੈਰਿਜ ਕਰਵਾਉਣ ਤੋਂ ਬਾਅਦ ਪਤਨੀ ਨੂੰ ਲਟਕਾਇਆ ਫਾਹੇ ਤੇ ਲਿਖਵਾਇਆ ਇਹ ਨੋਟ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸਭ ਤੋਂ ਪਹਿਲਾਂ ਤਸਵੀਰ પતિ ਪਤਨੀ ਦੀ ਦਿਖਾ ਦਿੰਦੇ ਆ ਜਿਹੀ ਉਹ ਪਤੀ ਪਤਨੀ ਦੀ ਤਸਵੀਰ ਹੈ ਜਿਸ ਦੇ ਨਾਲ ਇਹ ਪਤੀ ਦੇ ਵੱਲੋਂ ਕਾਨੂੰਨੀ ਕਰਤੂਤ ਕੀਤੀ ਗਈ ਇਹ ਹਾਦਸਾ ਕਾਂਡ ਕੀਤਾ ਗਿਆ ਹੈ ਅਜਿਹੀ ਘਟਨਾ ਨੂੰ ਸੁਣ ਕੇ ਲੋਕਾਂ ਦੇ ਰੋਂਗਟੇ ਵੀ ਖੜੇ ਹੋ ਜਾਣਗੇ ਪਤੀ ਦੇ ਵੱਲੋਂ ਲਵ ਮੈਰਿਜ ਤੋਂ ਬਾਅਦ ਪਤਨੀ ਤੋਂ ਸੁਸਾਈਡ ਨੋਟ ਲਿਖਵਾ ਕੇ ਉਸ ਨੂੰ ਫਾਹੇ ਤੇ ਲਟਕਾਇਆ ਗਿਆ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮਾਮਲਾ ਹਰਿਆਣਾ ਦੇ ਪਾਣੀਪੱਤ ਤੋਂ ਸਾਹਮਣੇ ਆਇਆ ਜਿੱਥੇ ਕੁਝ ਸਮਾਂ ਪਹਿਲਾਂ ਪਣੀਪਤ ਦੇ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ ਲੜਕੇ ਲੜਕੀ ਦੇ ਵੱਲੋਂ ਪ੍ਰੇਮ ਵਿਆਹ ਕਰਵਾਇਆ ਗਿਆ ਸੀ ਜਿੱਥੇ ਅੰਤਰਜਾਤੀ ਵਿਆਹ ਸੀ ਉੱਤੇ ਹੀ ਲੜਕੀ ਦਾ ਇਹ ਦੂਜਾ ਵਿਆਹ ਹੋਣ ਦੇ ਕਾਰਨ ਲੜਕੇ ਦੇ ਪਰਿਵਾਰ ਵੱਲੋਂ ਲੜਕੀ ਨੂੰ ਸਬਕਾਰ ਨਹੀਂ ਸੀ ਦਿੱਤਾ ਜਾ ਰਿਹਾ ਜਿਸ ਕਾਰਨ ਲੜਕਾ ਆਪਣੀ ਪਤਨੀ ਦੇ ਸਮੇਤ ਉਹਨਾਂ ਤੋਂ ਵੱਖ ਰਹਿਣ ਲੱਗ ਪਿਆ ਕੁਝ ਸਮਾਂ ਠੀਕ ਰਿਹਾ ਪਰ ਬਾਅਦ ਵਿੱਚ ਆਪਣੇ ਮਾਪਿਆਂ ਦੇ ਕਹਿਣ ਤੇ ਲੜਕੀ ਨਾਲ ਲੜਕਾ ਲੜਾਈ ਝਗੜਾ ਸ਼ੁਰੂ ਕਰ ਦਿੰਦਾ ਹੈ ਇੱਕ ਦਿਨ ਉਸ ਨੂੰ ਪਾਣੀ ਦੇ ਵਿੱਚੋਂ ਕੋਈ ਨਸ਼ੀਲਾ ਪਦਾਰਥ ਮਿਲਾ ਕੇ ਦਿੱਤਾ ਤੇ ਜ਼ਬਰਦਸਤੀ ਉਸ ਤੋਂ ਸੁਸਾਈਡ ਨੋਟ ਲਿਖਵਾਇਆ ਗਿਆ ਬਾਅਦ ਵਿੱਚ ਉਸ ਨੂੰ ਫਾਹੇ ਲਾ ਦਿੱਤਾ ਗਿਆ ਪੀੜਤ ਦੀ ਇਸ ਹਾਲਤ ਨੂੰ ਦੇਖ ਕੇ ਉਸ ਦੀ ਬੇਟੀ ਵੱਲੋਂ ਆਪਣੀ ਮਾਂ ਤੇ ਦਾਦੀ ਨੂੰ ਇਸ ਹਾਦਸੇ ਦੀ ਘਟਨਾ ਦੀ ਸੂਚਨਾ ਦਿੱਤੀ ਗਈ ਜਿਨ੍ਹਾਂ ਵੱਲੋਂ ਤੁਰੰਤ ਪਹੁੰਚ ਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੀ ਹਾਲਤ ਗੰਭੀਰ ਹੋਣ ਦੇ ਕਾਰਨ 15 ਦਿਨਾਂ ਦੇ ਵਿੱਚ ਹਸਪਤਾਲ ਜੇਰੇ ਇਲਾਸੀ ਤੇ ਅਜੇ ਵੀ ਚੱਲਣ ਫਿਰਨ ਤੋਂ ਆਸਮਰਾਥਾ ਪੀੜਤਾ ਨੇ ਦੱਸਿਆ ਕਿ ਜਿੱਥੇ ਉਸਦੇ ਸੋਹਰਾ ਪਰਿਵਾਰ ਵੱਲੋਂ ਉਸ ਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਹਨ ਉੱਥੇ ਕੋਟਮਰ ਬੇਰਹਿਮੀ ਦੇ ਨਾਲ ਕੀਤੀ ਗਈ ਹੈ ਪਰ ਉਹ ਆਪਣਾ ਕਾਰ ਵਜਾਉਣ ਦੀ ਖਾਤਰ ਕੁਝ ਨਾ ਬੋਲੀ ਪਰ ਹੁਣ ਉਸਨੇ ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੈਨੂੰ ਸਾਫ ਦੀ ਮੰਗ